ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਹਿਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਪੰਜਾਬੀ ਸਟਾਈਲ ਆਲੂ ਗੋਭੀ ਦੀ ਬਹੁਤ ਹੀ ਟੇਸਟੀ ਸਬਜ਼ੀ। ਆਲੂ ਗੋਭੀ ਦੀ ਸਬਜ਼ੀ ਬਹੁਤ ਤਰੀਕੇ ਨਾਲ ਬਣਾਈ ਜਾਂਦੀ ਹੈ, ਪਰ ਜਿਹੜੇ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਉਸ ਤਰੀਕੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਅਤੇ ਬਹੁਤ ਹੀ ਘੱਟ ਮਸਾਲਿਆਂ ਨਾਲ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਹੀ ਟੇਸਟੀ ਆਲੂ ਗੋਭੀ ਦੀ ਸਬਜ਼ੀ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 1 ਕਿਲੋ ਗੋਭੀ ਲਈ ਹੈ। ਗੋਭੀ ਨੂੰ ਮੈਂ ਇਸ ਤਰੀਕੇ ਨਾਲ ਛੋਟੇ ਟੁਕੜਿਆਂ ਵਿੱਚ ਕੱਟ ਕੇ ਰੱਖ ਲਿਆ ਹੈ। ਗੋਭੀ ਦੇ ਆਪਾਂ ਬਹੁਤ ਵੱਡੇ ਟੁਕੜੇ ਨਹੀਂ ਕੱਟਾਂਗੇ, ਇਸ ਤਰ੍ਹਾਂ ਆਪਾਂ ਛੋਟੇ ਛੋਟੇ ਪੀਸ ਕੱਟ ਲਵਾਂਗੇ। ਅਤੇ ਗੋਭੀ ਨੂੰ ਮੈਂ ਕੱਟ ਕੇ 3-4 ਵਾਰੀ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ। ਗੋਭੀ ਨੂੰ ਆਪਾਂ ਬਿਲਕੁਲ ਪੰਜਾਬੀ ਸਟਾਈਲ 'ਚ ਬਣਾ ਰਹੇ ਹਾਂ, ਇਸ ਕਰਕੇ ਆਪਾਂ ਗੋਭੀ ਦੇ ਸੌਫਟ ਵਾਲੇ ਡੰਡਲ ਵੀ ਨਾਲ ਯੂਜ਼ ਕਰਾਂਗੇ। ਅਤੇ ਗੋਭੀ ਦੇ ਫੁੱਲ ਦੇ ਜਿਹੜਾ ਨੀਚੇ ਵਾਲਾ ਹਿੱਸਾ ਹੁੰਦਾ ਇਹ ਵਾਲਾ, ਇਹਨੂੰ ਆਪਾਂ ਇਸ ਤਰੀਕੇ ਨਾਲ ਬਰੀਕ ਬਰੀਕ ਕੱਟ ਲਵਾਂਗੇ ਅਤੇ ਇੱਕ ਪਲੇਟ ਵਿੱਚ ਰੱਖਦੇ ਜਾਵਾਂਗੇ। ਬਿਲਕੁਲ ਮਸਾਲੇਦਾਰ ਆਪਣੀ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੋਏਗੀ। ਅਤੇ ਗੋਭੀ ਦੇ ਮੈਂ ਥੋੜ੍ਹੇ ਡੰਡਲ ਇੱਥੇ ਕੱਟ ਕੇ ਰੱਖੇ ਹੋਏ, ਤੁਸੀਂ ਦੇਖ ਸਕਦੇ ਹੋ ਇਹ ਵਾਲਾ ਗੋਭੀ ਦੇ ਫੁੱਲ ਦਾ ਨੀਚੇ ਵਾਲਾ ਹਿੱਸਾ ਆਪਾਂ ਇਸ ਤਰੀਕੇ ਨਾਲ ਕੱਟ ਕੇ ਰੱਖਿਆ ਹੋਇਆ ਹੈ। ਅਤੇ ਬਾਕੀ ਜਿਹੜਾ ਇੱਧਰ ਗ੍ਰੀਨ ਵਾਲਾ ਹਿੱਸਾ ਹੈ ਇਹ ਆਪਣੇ ਡੰਡਲ ਜਿਹੜੇ ਹੁੰਦੇ ਹਨ ਉਹ ਆਪਾਂ ਲਏ ਹਨ, ਬਿਲਕੁਲ ਸੌਫਟ ਵਾਲੇ ਆਪਾਂ ਇਸ ਤਰੀਕੇ ਦੇ ਛੋਟੇ ਛੋਟੇ ਡੰਡਲ ਆਪਾਂ ਕੱਟੇ ਹਨ। ਇਸ ਤਰੀਕੇ ਨਾਲ ਗੋਭੀ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ, ਇੱਕ ਤਾਂ ਮਸਾਲੇਦਾਰ ਸਬਜ਼ੀ ਆਪਣੀ ਬਣ ਕੇ ਤਿਆਰ ਹੋਏਗੀ। ਦੋ ਵੱਡੇ ਸਾਈਜ਼ ਦੇ ਆਲੂ ਮੈਂ ਇਸ ਤਰ੍ਹਾਂ ਪਾਣੀ ਵਿੱਚ ਕੱਟ ਕੇ ਰੱਖੇ ਹੋਏ ਹਨ। ਆਲੂਆਂ ਨੂੰ ਪਾਣੀ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਆਲੂ ਜਿਹੜੇ ਹਨ ਉਹ ਕਾਲੇ ਹੋ ਜਾਂਦੇ ਹਨ। ਦੋ ਮੀਡੀਅਮ ਸਾਈਜ਼ ਦੇ ਪਿਆਜ਼ ਮੈਂ ਇਸ ਤਰ੍ਹਾਂ ਬਿਲਕੁਲ ਬਰੀਕ ਕੱਟ ਲਏ ਹਨ। ਦੋ ਟਮਾਟਰ ਲਏ ਹਨ, ਇਹਨਾਂ ਨੂੰ ਮੈਂ ਬਰੀਕ ਕੱਟ ਕੇ ਰੱਖ ਲਿਆ ਹੈ। ਅਤੇ ਦੋ ਹਰੀਆਂ ਮਿਰਚਾਂ ਲਈਆਂ ਹਨ, ਹਰੀਆਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਅਤੇ 2 ਚਮਚ ਅਦਰਕ ਲਸਣ ਨੂੰ ਇੱਥੇ ਮੈਂ ਕੁੱਟ ਕੇ ਰੱਖ ਲਿਆ, ਤੁਸੀਂ ਇਹਨਾਂ ਨੂੰ ਬਿਲਕੁਲ ਬਰੀਕ ਬਰੀਕ ਕੱਟ ਕੇ ਵੀ ਲੈ ਸਕਦੇ ਹੋ। ਅਤੇ ਹੁਣ ਆਪਾਂ ਸਬਜ਼ੀ ਬਣਾਉਣ ਦੀ ਤਿਆਰੀ ਕਰਦੇ ਹਾਂ। ਇੱਥੇ ਗੈਸ ਦੇ ਉੱਪਰ ਮੈਂ ਪਤੀਲਾ ਰੱਖਿਆ ਹੈ ਅਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ। 4 ਚਮਚ ਮੈਂ ਸਰੋਂ ਦਾ ਤੇਲ ਇਹਦੇ ਵਿੱਚ ਪਾ ਦਿੱਤਾ ਹੈ। ਤੁਸੀਂ ਇਸ ਸਬਜ਼ੀ ਨੂੰ ਦੇਸੀ ਘਿਓ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ। ਤੇਲ ਹੁਣ ਗਰਮ ਹੋ ਗਿਆ ਹੈ, ਇਹਦੇ ਵਿੱਚ ਆਪਾਂ 1/2 ਚਮਚ ਜੀਰਾ ਪਾ ਦੇਵਾਂਗੇ ਅਤੇ ਹਲਕਾ ਜਿਹਾ ਫਰਾਈ ਕਰ ਲਵਾਂਗੇ। ਜੀਰਾ ਹਲਕਾ ਜਿਹਾ ਫਰਾਈ ਹੋ ਗਿਆ ਹੈ, ਇਹਦੇ ਵਿੱਚ ਆਪਾਂ ਕੁੱਟਿਆ ਹੋਇਆ ਅਦਰਕ ਲਸਣ ਪਾ ਦੇਵਾਂਗੇ ਅਤੇ ਅਦਰਕ ਲਸਣ ਨੂੰ ਆਪਾਂ ਲਾਈਟ ਜਿਹਾ ਗੋਲਡਨ ਹੋਣ ਤੱਕ ਫਰਾਈ ਕਰ ਲਵਾਂਗੇ। ਅਦਰਕ ਲਸਣ ਨੂੰ ਮੈਂ ਲਾਈਟ ਜਿਹਾ ਗੋਲਡਨ ਹੋਣ ਤੱਕ ਫਰਾਈ ਕੀਤਾ ਹੈ। ਹੁਣ ਇਹਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦੇਵਾਂਗੇ ਅਤੇ ਲਗਾਤਾਰ ਆਪਾਂ ਇਸੇ ਤਰੀਕੇ ਨਾਲ ਹਲੇ ਭੁੰਨਾਂਗੇ ਅਤੇ ਪਿਆਜ਼ ਨੂੰ ਆਪਾਂ ਗੋਲਡਨ ਜਿਹਾ ਕਰ ਲਵਾਂਗੇ। ਪਿਆਜ਼ ਦਾ ਕਲਰ ਤੁਸੀਂ ਦੇਖ ਸਕਦੇ ਹੋ ਲਾਈਟ ਜਿਹਾ ਗੋਲਡਨ ਹੋ ਗਿਆ ਹੈ। ਤਾਂ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਆਲੂ ਪਾ ਦੇਵਾਂਗੇ ਅਤੇ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾਵਾਂਗੇ। ਨਮਕ ਪਾ ਕੇ ਆਪਾਂ 2 ਮਿੰਟ ਆਲੂਆਂ ਨੂੰ ਪਿਆਜ਼ਾਂ ਦੇ ਨਾਲ ਇਸ ਤਰੀਕੇ ਨਾਲ ਭੁੰਨ ਲਵਾਂਗੇ। ਆਲੂ ਗੋਭੀ ਦੀ ਸਬਜ਼ੀ ਬਣਾਉਣ ਵੇਲੇ ਆਲੂਆਂ ਨੂੰ ਇਸ ਤਰੀਕੇ ਨਾਲ ਭੁੰਨਾਂਗੇ ਤਾਂ ਆਪਣੇ ਆਲੂ ਜਿਹੜੇ ਜਲਦੀ ਸੌਫਟ ਹੋ ਜਾਣਗੇ, ਕਿਉਂਕਿ ਜਿਹੜੀ ਗੋਭੀ ਹੁੰਦੀ ਹੈ ਉਹ ਜਲਦੀ ਸੌਫਟ ਹੋ ਜਾਂਦੀ ਹੈ ਅਤੇ ਆਲੂ ਥੋੜ੍ਹਾ ਟਾਈਮ ਲੈਂਦੇ ਹਨ। 2-3 ਮਿੰਟ ਆਲੂਆਂ ਨੂੰ ਮੈਂ ਇਸ ਤਰੀਕੇ ਨਾਲ ਭੁੰਨ ਲਿਆ ਹੈ, ਤੁਸੀਂ ਦੇਖ ਸਕਦੇ ਹੋ। ਹੁਣ ਗੈਸ ਦੀ ਫਲੇਮ ਲੋਅ ਕਰ ਦੇਵਾਂਗੇ ਅਤੇ ਆਲੂਆਂ ਨੂੰ ਢੱਕ ਕੇ ਪਕਾਵਾਂਗੇ ਆਪਾਂ 3-4 ਮਿੰਟ ਲਈ ਤਾਂ ਕਿ ਆਲੂ ਥੋੜ੍ਹੇ ਸੌਫਟ ਹੋ ਜਾਣ। ਅਤੇ ਆਲੂਆਂ ਨੂੰ ਮੈਂ ਢੱਕ ਕੇ 4-5 ਮਿੰਟ ਇਸ ਤਰੀਕੇ ਨਾਲ ਪਕਾ ਲਿਆ ਹੈ। ਇੱਕ ਵਾਰੀ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਵਾਂਗੇ ਅਤੇ ਹੁਣ ਗੈਸ ਦੀ ਫਲੇਮ ਮੀਡੀਅਮ ਟੂ ਹਾਈ ਕਰ ਦੇਵਾਂਗੇ ਅਤੇ ਇਹਦੇ ਵਿੱਚ ਆਪਾਂ ਬਰੀਕ ਕੱਟੀਆਂ ਹਰੀਆਂ ਮਿਰਚਾਂ ਪਾ ਦੇਵਾਂਗੇ ਅਤੇ ਹੁਣ ਇਹਦੇ ਵਿੱਚ ਬਰੀਕ ਕੱਟਿਆ ਟਮਾਟਰ ਵੀ ਪਾ ਦੇਵਾਂਗੇ ਅਤੇ ਟਮਾਟਰ ਪਾ ਕੇ ਹਾਈ ਫਲੇਮ 'ਤੇ ਆਪਾਂ 2 ਮਿੰਟ ਇਹਨਾਂ ਨਾਲ ਇਸੇ ਤਰੀਕੇ ਨਾਲ ਪਕਾਵਾਂਗੇ। ਅਤੇ ਟਮਾਟਰ ਨੂੰ ਮੈਂ 2 ਮਿੰਟ ਹਾਈ ਫਲੇਮ 'ਤੇ ਆਲੂਆਂ ਦੇ ਨਾਲ ਇਸ ਤਰੀਕੇ ਨਾਲ ਭੁੰਨ ਲਿਆ ਹੈ। ਹੁਣ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ 1/2 ਚਮਚ, ਚਮਚ ਦਾ 1/4 ਹਿੱਸਾ ਪਾਵਾਂਗੇ ਹਲਦੀ ਪਾਊਡਰ, ਹਲਦੀ ਪਾਊਡਰ ਬਹੁਤ ਜ਼ਿਆਦਾ ਨਹੀਂ ਪਾਉਣਾ, ਅਤੇ ਧਨੀਆ ਪਾਊਡਰ ਪਾਵਾਂਗੇ 1/2 ਚਮਚ, 1 ਚਮਚ ਕਸੂਰੀ ਮੇਥੀ ਨੂੰ ਮੈਂ ਹਲਕਾ ਤਵੇ 'ਤੇ ਗਰਮ ਕਰਕੇ ਹੱਥਾਂ ਨਾਲ ਮਸਲ ਲਿਆ ਹੈ, ਇਸ ਤਰੀਕੇ ਨਾਲ ਇਹਦੇ ਵਿੱਚ ਪਾ ਦੇਵਾਂਗੇ। ਇਸ ਤਰੀਕੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਇਸ ਸਬਜ਼ੀ ਵਿੱਚ ਆਪਾਂ ਬਹੁਤ ਜ਼ਿਆਦਾ ਮਸਾਲੇ ਯੂਜ਼ ਨਹੀਂ ਕਰਾਂਗੇ, ਸਿਰਫ ਆਪਾਂ ਘਰ ਦੇ ਮਸਾਲਿਆਂ ਨਾਲ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਅਤੇ ਮਸਾਲੇ ਪਾ ਕੇ ਆਪਾਂ ਇਹਨੂੰ 1 ਮਿੰਟ ਇਸ ਤਰੀਕੇ ਨਾਲ ਹਲੇ ਪਕਾਵਾਂਗੇ। ਅਤੇ ਮਸਾਲਿਆਂ ਨੂੰ ਮੈਂ ਹੁਣ ਤੜਕੇ ਵਿੱਚ ਚੰਗੀ ਤਰ੍ਹਾਂ ਨਾਲ ਇਸ ਤਰੀਕੇ ਨਾਲ ਪਕਾ ਲਿਆ ਹੈ। ਇਹਦੇ ਵਿੱਚ ਆਪਾਂ ਹੁਣ ਜਿਹੜੇ ਡੰਡਲ ਸੀਗੇ ਗੋਭੀ ਦੇ ਉਹ ਪਾ ਦੇਵਾਂਗੇ। ਪੰਜਾਬੀ ਸਟਾਈਲ ਗੋਭੀ ਇਸੇ ਤਰੀਕੇ ਨਾਲ ਹੀ ਬਣਾਈ ਜਾਂਦੀ ਹੈ, ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਸਬਜ਼ੀ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਸ ਤਰੀਕੇ ਦੇ ਨਾਲ, ਤਾਂ ਆਪਾਂ ਇਹਨੂੰ ਮਿਕਸ ਕਰ ਦੇਵਾਂਗੇ। 1 ਮਿੰਟ ਆਪਾਂ ਇਸੇ ਤਰੀਕੇ ਨਾਲ ਹਲੇ ਨੂੰ ਪਕਾਵਾਂਗੇ।
2 ਕੁ ਚਮਚ ਬਸ ਇਹਦੇ ਵਿੱਚ ਆਪਾਂ ਪਾਣੀ ਪਾਉਣਾ ਹੈ। ਪਾਣੀ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਤੇ ਮਿਕਸ ਕਰ ਦੇਵਾਂਗੇ। ਤੇ ਹੁਣ ਇਹਦੇ ਵਿੱਚ ਕੱਟੀ ਹੋਈ ਗੋਭੀ ਪਾ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਗੋਭੀ ਦੇ ਫੁੱਲ ਮੈਂ ਇਸ ਤਰੀਕੇ ਨਾਲ ਕੱਟ ਕੇ ਤਿਆਰ ਕੀਤੇ ਹਨ, ਬਿਲਕੁਲ ਛੋਟੇ ਛੋਟੇ ਪੀਸ ਆਪਾਂ ਕੱਟੇ ਹਨ। ਤੇ ਗੋਭੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਫਲੇਮ ਨੂੰ ਆਪਾਂ ਮੀਡੀਅਮ ਰੱਖਾਂਗੇ। ਤੇ ਆਲੂ ਗੋਭੀ ਤੁਸੀਂ ਇਸ ਤਰੀਕੇ ਨਾਲ ਜਦੋਂ ਪਤੀਲੇ ਵਿੱਚ ਬਣਾ ਕੇ ਤਿਆਰ ਕਰੋਗੇ ਤੁਹਾਡੀ ਗੋਭੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ। ਤੇ ਗੋਭੀ ਹੁਣ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀ ਹੈ, ਬਿਲਕੁਲ ਇਕਸਾਰ ਸਾਰੀਆਂ ਚੀਜ਼ਾਂ ਹੋ ਗਈਆਂ ਹਨ। ਹੁਣ ਫਲੇਮ ਨੂੰ ਆਪਾਂ ਜਿਹੜਾ ਹੈ ਲੋ ਟੂ ਮੀਡੀਅਮ ਕਰ ਦੇਵਾਂਗੇ ਅਤੇ ਢੱਕ ਕੇ ਸਬਜ਼ੀ ਨੂੰ ਪਕਾਵਾਂਗੇ ਤਾਂ ਕਿ ਜਿਹੜੀ ਗੋਭੀ ਹੈ ਚੰਗੀ ਤਰ੍ਹਾਂ ਸੌਫਟ ਹੋ ਜਾਵੇ। ਸਬਜ਼ੀ ਨੂੰ ਹੁਣ ਮੈਂ ਢੱਕ ਕੇ ਪਕਾਇਆ ਹੈ 6-7 ਮਿੰਟ ਵਾਸਤੇ। ਹੁਣ ਆਪਾਂ ਇੱਕ ਵਾਰੀ ਚੈੱਕ ਕਰਾਂਗੇ। ਤੁਸੀਂ ਦੇਖ ਸਕਦੇ ਹੋ ਸਬਜ਼ੀ ਜਿਹੜੀ ਹੈ ਪਹਿਲਾਂ ਨਾਲ ਥੋੜ੍ਹੀ ਸੌਫਟ ਹੋ ਗਈ ਹੈ, ਪਰ ਹਾਲੇ ਆਪਾਂ ਇਹਨੂੰ ਹੋਰ ਪਕਾਵਾਂਗੇ। 2-3 ਵਾਰ ਆਪਾਂ ਇਸ ਤਰ੍ਹਾਂ ਵਿੱਚ ਇਹਨੂੰ ਹਿਲਾਉਂਦੇ ਰਵਾਂਗੇ। ਤੇ ਫਿਰ ਤੋਂ ਢੱਕ ਕੇ ਆਪਾਂ ਮੀਡੀਅਮ ਫਲੇਮ 'ਤੇ ਇਹਨੂੰ ਪਕਾ ਲਵਾਂਗੇ। ਸਬਜ਼ੀ ਨੂੰ 10 ਮਿੰਟ ਮੈਂ ਢੱਕ ਕੇ ਹੋਰ ਪਕਾ ਲਿਆ ਹੈ। ਹੁਣ ਆਪਾਂ ਇੱਕ ਵਾਰੀ ਇਹਨੂੰ ਹਿਲਾਵਾਂਗੇ। ਆਲੂ ਆਪਾਂ ਚੈੱਕ ਕਰ ਲਵਾਂਗੇ ਕਿ ਆਲੂ ਸੌਫਟ ਹੋਏ ਹਨ ਕਿ ਨਹੀਂ। ਇਸ ਤਰੀਕੇ ਨਾਲ ਆਪਾਂ ਚਮਚ ਨਾਲ ਇਹਨੂੰ ਮੈਸ਼ ਕਰਕੇ ਦੇਖਾਂਗੇ। ਤੁਸੀਂ ਦੇਖ ਸਕਦੇ ਹੋ ਆਲੂ ਬਿਲਕੁਲ ਸੌਫਟ ਹੋ ਗਏ ਹਨ, ਬਹੁਤ ਹੀ ਵਧੀਆ ਆਪਣੇ ਆਲੂ ਜਿਹੜੇ ਹਨ ਪੱਕ ਗਏ ਹਨ ਅਤੇ ਗੋਭੀ ਵੀ ਬਿਲਕੁਲ ਆਪਣੀ ਪੱਕ ਕੇ ਜਿਹੜੀ ਤਿਆਰ ਹੋ ਗਈ ਹੈ। ਸਬਜ਼ੀ ਆਪਣੀ ਬਿਲਕੁਲ ਤਿਆਰ ਹੈ। ਹੁਣ ਇਹਦੇ ਵਿੱਚ ਆਪਾਂ ਗਰਮ ਮਸਾਲਾ ਪਾਵਾਂਗੇ 1/2 ਚਮਚ। ਥੋੜ੍ਹਾ ਜਿਹਾ ਬਰੀਕ ਕੱਟ ਕੇ ਹਰਾ ਧਨੀਆ ਵੀ ਇਹਦੇ ਵਿੱਚ ਪਾ ਦੇਵਾਂਗੇ। ਧਨੀਆ ਨਾਲ ਸਬਜ਼ੀ ਦੀ ਲੁੱਕ ਅਤੇ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਇੱਕ ਵਾਰੀ ਆਪਾਂ ਮਿਕਸ ਕਰ ਦੇਵਾਂਗੇ। ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਉਹ ਬੰਦ ਕਰ ਦੇਵਾਂਗੇ ਕਿਉਂਕਿ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ। ਪੰਜਾਬੀ ਸਟਾਈਲ ਆਲੂ ਗੋਭੀ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ, ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈ। ਤੁਸੀਂ ਵੀ ਮੇਰੇ ਤਰੀਕੇ ਨਾਲ ਆਲੂ ਗੋਭੀ ਦੀ ਸਬਜ਼ੀ ਜ਼ਰੂਰ ਟਰਾਈ ਕਰਨਾ, ਫਿਰ ਮੈਨੂੰ ਦੱਸਣਾ ਕਿ ਤੁਹਾਡੀ ਇਹ ਸਬਜ਼ੀ ਕਿਸ ਤਰ੍ਹਾਂ ਬਣੀ। ਜੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਕਲਿੱਕ ਕਰਕੇ ਆਲ 'ਤੇ ਜ਼ਰੂਰ ਸਿਲੈਕਟ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਹੈਲਦੀ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।